ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਬਾਲ ਵਿਕਾਸ ਪ੍ਰੋਜੈਕਟ ਅਫਸਰ ਰੁੜਕਾ ਕਲਾਂ ਵੱਲੋਂ ਸਾਰੇ ਆਂਗਨਵਾੜੀ ਸੈਂਟਰਾਂ ਵਿੱਚ ਬ੍ਰੈਸਟ ਫੀਡਿੰਗ ਦਿਨ ਮਨਾਇਆ ਗਿਆ, ਜਿਸ ਵਿੱਚ ਡਾਕਟਰ ਪਾਹੁਲ, LHV ਹਰਮੇਸ਼ ਦੇਵੀ, ਮੈਡਮ ਮੰਗਲਾ, ਸੁਪਰਵਾਈਜ਼ਰ ANM ਸੰਦੀਪ ਕੌਰ, ਮਨਪ੍ਰੀਤ ਕੌਰ, ASI ਜਗਤਾਰ, ਜਤਿੰਦਰ, ਮੇਲ ਵਰਕਰ, ਆਂਗਨਵਾੜੀ ਵਰਕਰ ਜਸਵੀਰ ਕੌਰ, ਊਸ਼ਾ ਰਾਣੀ, ਜੀਵਨ ਕੁਮਾਰੀ, ਬਲਵੀਰ ਕੌਰ, ਗੁਰਦੇਵ ਕੌਰ, ਅਰਵਿੰਦਰਾ ਕੁਮਾਰੀ, ਰਜਨਦੀਪ, ਗਰਭਵਤੀ ਔਰਤਾਂ, ਦੁੱਧ ਪਿਆਊ ਮਾਮਾ ਸ਼ਾਮਲ ਹੋਈਆਂ। ਡਾਕਟਰ ਪਾਹੁਲ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਔਰਤਾਂ ਨੂੰ ਦੱਸਿਆ ਕਿ ਬੱਚੇ ਨੂੰ 6 ਮਹੀਨੇ ਤੱਕ ਆਪਣਾ ਦੁੱਧ ਦੇਣਾ ਚਾਹੀਦਾ ਹੈ ਅਤੇ ਮਾਂ ਦੇ ਦੁੱਧ ਦੇ ਫਾਇਦੇ ਬਾਰੇ ਦੱਸਿਆ ਗਿਆ। ਮੈਡਮ ਮੰਗਲਾ ਨੇ ਬੱਚੇ ਨੂੰ ਆਪਣਾ ਪਹਿਲਾ ਦੁੱਧ ਪਿਲਾਉਣ ਬਾਰੇ ਅਤੇ ਉਸਦੇ ਫਾਇਦੇ ਬਾਰੇ ਦੱਸਿਆ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਦੱਸਿਆ। ਆਸ਼ਾ ਵਰਕਰ ਮਨਜੀਤ ਰਾਣੀ, ਕਾਂਤਾ ਰਾਣੀ, ਸੁਮਨ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਡਾਕਟਰ ਰੁੜਕਾ ਕਲਾਂ ਦੀ ਅਗਵਾਈ ਹੇਠ ਪਿੰਡ ਰੁੜਕਾ ਕਲਾਂ ਵਿਖੇ ਬ੍ਰੈਸਟ ਫੀਡਿੰਗ ਡੇ ਮਨਾਇਆ ਗਿਆ, ਜਿਸ ਵਿੱਚ ਆਂਗਣਵਾੜੀ ਰੁੜਕਾ ਕਲਾਂ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਬ੍ਰੈਸਟ ਫੀਡਿੰਗ ਡੇ ਮਨਾਇਆ ਗਿਆ, ਜਿਸ ਵਿੱਚ ਡਾਕਟਰ ਪਾਹੁਲ, ਆਪਣੇ LHV ਮੈਡਮ, ANMs, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਪ੍ਰੈਗਨੈਂਟ ਮਦਰ, ਨਰਸਿੰਗ ਮਦਰ ਅਤੇ ਪਿੰਡ ਦੀਆਂ ਹੋਰ ਲੇਡੀਜ਼ ਨੇ ਹਿੱਸਾ ਲਿਆ। ਡਾਕਟਰ ਪਾਹੁਲ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਬੱਚੇ ਨੂੰ ਆਪਣਾ 6 ਮਹੀਨੇ ਆਪਣਾ ਹੀ ਦੁੱਧ ਪਿਲਾਉਣਾ ਹੈ, ਕੋਈ ਵੀ ਓਪਰੀ ਖੁਰਾਕ ਜਾਂ ਹੋਰ ਕੁਛ ਨਹੀਂ ਦੇਣਾ ਅਤੇ ਬੱਚੇ ਨੂੰ ਜੇ ਤੁਸੀਂ ਆਪਣਾ ਦੁੱਧ ਪਿਲਾਓਗੇ ਤਾਂ ਬੱਚੇ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੂਗੀ ਅਤੇ ਬੱਚਾ ਬਿਮਾਰੀਆਂ ਤੋਂ ਬਚਿਆ ਰਹੂੰਗਾ। ਅਤੇ ਪ੍ਰੈਗਨੈਂਟ ਮਦਰ, ਪ੍ਰੈਗਨੈਂਟ ਅਤੇ ਨਰਸਿੰਗ ਮਦਰ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ, ਪ੍ਰੈਗਨੈਂਟ ਲੇਡੀਜ਼ ਦਾ, ਨਰਸਿੰਗ ਮਦਰ ਦਾ, ਆਸ਼ਾ ਵਰਕਰਾਂ ਦਾ, ਸਾਰਿਆਂ ਨੂੰ ਇੱਥੇ ਆਉਣ 'ਤੇ ਜੀ ਆਇਆ ਆਖਦੀ ਹਾਂ ਅਤੇ ਧੰਨਵਾਦ ਕਰਦੀ ਹਾਂ।